ਮੁੜ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਵਿਚਾਰ ਕਰਨ ਦੇ ਲਈ। ਹੁਣ ਲੈਂਦੇ ਹਾਂ ਜੀ ਤੁਹਾਡੀ ਫੋਨ ਕਾਲਸ ਔਰ ਕੀ ਕੁਝ ਪ੍ਰਤੀਕਰਮ ਤੁਸੀਂ ਸਾਨੂੰ ਆਪਣੇ ਦੇਣਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਛੋਟੇ ਭਾਈ, ਮੈਂ ਦੁਬਾਰਾ ਆਇਆ ਫਿਰ ਅਜੀਤ ਸਿੰਘ ਜੀ। ਅਜੀਤ ਸਿੰਘ ਜੀ, ਮੈਂ ਇੱਕ ਗੱਲ ਤੁਹਾਨੂੰ ਪਲੀਜ਼ ਕਰਾਂ ਵੀ ਜਿਹੜੀ ਤੁਸੀਂ ਕਹਿੰਦੇ ਹੋ ਨਾ, ਮਤਲਬ ਤੁਸੀਂ ਛੋਟੇਪੁਰ ਨੂੰ ਉਹਨਾਂ ਨੇ ਚਾਬੀ ਦੇਣੀ ਆ, ਚਾਬੀ ਨੀ ਛੋਟੇਪੁਰ ਨੂੰ ਦੇਣ ਵਾਸਤੇ ਦਿੰਦਾ ਹੈ ਜੀ, ਉਹਨੂੰ ਸਵਾਰੀ ਬਣਾਉਣਗੇ ਉਹਦੇ ਵਿੱਚ। ਅੱਛਾ, ਸੌਰੀ, ਅੱਛਾ ਜੀ, ਠੀਕ ਹੈ ਠੀਕ। ਉਹੀ ਮੈਂ ਕਹਿ ਰਿਹਾ ਨਾ ਜੀ, ਉੱਥੇ ਭਗਵੰਤ ਮਾਨ ਬੈਠੇ ਹੋਏ ਨੇ ਔਰ ਹੋਰ ਵੀ ਲੀਡਰਸ ਹਨ, ਕੀ ਉਹਨਾਂ ਨੂੰ ਚਾਬੀ ਦੇਣ ਜੀ? ਜਿਹੜਾ ਪਹਿਲੇ ਲੀਡਰ ਬਣਿਆ ਉਹ ਬੈਠਾ ਪ੍ਰਿੰਦਰ ਕੋਲ ਬੈਠੀ ਆ ਜੀ, ਉਹ ਤਾਂ ਬਰਦਾਸ਼ਤ ਕਰਨਗੇ, ਤੁਸੀਂ ਲਿਆ ਕੇ ਉਹਨੂੰ ਬਿਠਾ ਦਿਓ ਉਹਦੇ ਉੱਤੇ ਜੀ ਜੀ। ਇਹ ਇਹ ਕਦੇ ਵੀ ਨਹੀਂ ਕਰਨਗੇ, ਉਹ ਬਰਦਾਸ਼ਤ ਨਹੀਂ ਹੋਵੇ ਕਦੇ ਇਹਨਾਂ ਕੋਲੋਂ। ਜਿਹੜੀ ਦੂਜੀ ਤੁਸੀਂ ਗੱਲ ਕਰਦੇ ਹੋ ਵੀ ਅਕਾਲੀ ਦਲ ਸ਼ਾਇਦ ਇਹਨਾਂ ਦੀ ਮਦਦ ਕਰ ਰਿਹਾ, ਅਕਾਲੀ ਦਲ ਬਿਲਕੁਲ ਨਹੀਂ ਕਰ ਰਿਹਾ। ਜੇ ਇਹ ਕਾਂਗਰਸ ਦੇ ਵਿੱਚ ਸਿੱਧੂ ਤੇ ਮਨਪ੍ਰੀਤ ਨਾ ਹੁੰਦੇ ਜੀ, ਇਹ ਰਾਜਨੀਤਿਕ ਕਰਨੇ ਕੱਖ ਨਹੀਂ ਗਾ, ਕਿਉਂਕਿ ਤੇ ਚਾਚਾ ਭਤੀਆ ਰਲੇ ਨੇ ਸਾਰੇ ਹੀ ਜੀ ਜੀ। ਸਾਹਮਣੇ ਅੰਮ੍ਰਿਤਸਰ ਜਿੰਨਾ ਕੇਸ ਸਾਰਾ ਹੀ ਉਹਦਾ, ਇਹਨੇ ਇਹਨੂੰ ਛੱਡਿਆ ਬਖਿਆ, ਇਹਨੇ ਸਾਰੇ ਉਹਨਾਂ ਦਾ ਕੇਸ ਬਖਿਆ। ਇਸ ਕਰਕੇ ਇਹਦਾ ਦੋਵੇਂ ਹੁਣ ਜ਼ੋਰ ਲਾਉਣ ਡਿਆ, ਜੋ ਐਸ ਸੀ ਪਾਰਟੀ ਸਾਰਾ ਕੋਲ ਬਣ ਰਿਹਾ ਇਹ ਤਾਂ ਸਾਡਾ ਉਹਨਾਂ ਦਾ ਕਰਕੇ ਦੋਵਾਂ ਜ਼ੋਰ ਲਾਉਣ ਬਣ ਡੇਗਾ। ਇਹ ਬਾਦਲਾਂ ਨਾਲੇ ਬਾਦਲ ਜਿਹੜੇ ਆ ਨਾ, ਉਹ ਕਾਂਗਰਸ ਨੂੰ ਤਾਂ ਕਰ ਸਕਦੇ ਆ, ਕਦੇ ਸਪੋਰਟ ਨਹੀਂ ਕਰਦੇ। ਅਖੀਰ ਤੁਹਾਨੂੰ ਵੇਖਿਆ ਸੁਣਾ, ਸ਼ਾਇਦ ਇੱਥੇ ਰਹੇ ਹੋ, ਅਖੀਰਲੇ ਸਮੇਂ ਜਿਹਨਾਂ ਕਿਹਾ ਵੀ ਕਾਂਗਰਸ ਨੂੰ ਵੋਟਾਂ ਪਾਓ, ਕਦੇ ਆਮ ਆਦਮੀ ਪਾਰਟੀ ਨਾਲ ਬਣ ਜਾਓ। ਤੁਹਾਨੂੰ ਪਤਾ ਜੇ ਆਮ ਆਦਮੀ ਪਾਰਟੀ ਕੀਤੀ ਨਾ, ਸਾਨੂੰ ਪੁੱਠੇ ਲੱਗਣਾ ਬਿਲਕੁਲ ਹੀ। ਕਰੈਕਟ 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 ਜੀ, ਉਹ ਜਿਹੜੀ ਗੱਲ ਹੈਗੀ ਆ ਉਹ ਨਹੀਂ ਹੋਣੀ ਬਿਲਕੁਲ ਵੀ ਜੀ। ਦੂਸਰੀ ਗੱਲ ਇਹ ਹੈ ਵੀ ਜੇ ਇਹ ਤੇ ਕੱਲਾ ਵਾ ਛੋਟੇ ਕੋਲ ਆਉਣ ਡਿਆ, ਤੇ ਜੇ ਉਹਨਾਂ ਨੇ ਸਹੀ ਮੈਂ ਬਣਾਉਣਾ ਹੋਵੇ ਤਾਂ ਕਹਿ ਰਹੇ ਨੂੰ ਕਿਉਂ ਨਹੀਂ ਬਣਾਉਂਦੇ ਨਾਲ, ਜਿਹਨਾਂ 8 ਐਮਐਲਏ ਹੈਗੇ ਨੇਗੇ ਜੀ, ਉਹਨੂੰ ਕਿਉਂ ਨਹੀਂ ਗੱਡੀ ਬਣਾਉਂਦੇ? ਇਸ ਕਰਕੇ ਇਹ ਸਿਰਫ ਜਿਹੜੇ ਆ ਚਾਲਾਂ ਖੇਡਦੇ ਹੈਗੇ ਆ, ਤਾਂ ਕਿ ਛੋਟੇ ਉਹ ਤੋਂ ਖਹਿਰੇ ਨੂੰ ਜਿਹੜਾ ਨੀਵਾਂ ਵਿਖਾ ਸਕੇ, ਲੇਕਿਨ ਉਹ ਨੀਵਾਂ ਨਹੀਂ ਵੇਖੂਗਾ। ਇਹ ਲੋਕ ਸਮਝਦੇ ਆ, ਲੋਕ ਸਿਆਣੇ, ਉਹਨੂੰ ਪਤਾ ਵੀ ਕੌਣ ਮੁੱਦੇ ਠਾ ਰਿਹਾ, ਉਹ ਬੰਦਾ ਮੁੱਦੇ ਠਾ ਰਿਹਾ। ਧੰਨਵਾਦ ਫਿਰ ਤੁਹਾਡਾ। ਮਿਹਰਬਾਨੀ ਜੀ, ਮਿਹਰਬਾਨੀ। ਹੋਰ ਵੀ ਸਾਡੇ ਨਾਲ ਕਾਲਰ ਸਨ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕੇਰ ਤੋਂ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤਕਰੀਬਨ ਹਰ ਇੱਕ ਬੰਦੇ ਦੀ ਜਿਹੜੀ ਸੋਚ ਨਾ, ਉਹਦਾ ਮਕਸਦ ਇਹ ਨਹੀਂ ਹੈ ਛੋਟੇਪੁਰ ਬਾਰੇ ਕਹਿਣਾ ਜੀ, ਉਹਨਾਂ ਦਾ ਮਕਸਦ ਇਹ ਹੈ ਕਿ ਦੇਖੋ ਛੋਟੇਪੁਰ ਨੂੰ ਇੰਨੀ ਬੁਰੀ ਤਰ੍ਹਾਂ ਉਹਨਾਂ ਨੇ ਉਤਾਰਿਆ, ਉਹਦੇ ਤੇ ਐਲੀਗੇਸ਼ਨ ਲਾ ਕੇ ਉਹਨੂੰ ਲਾਇਆ ਗਿਆ ਜੀ ਜੀ। ਅੱਜ ਅਗਰ ਕੇਜਰੀਵਾਲ ਦੀ ਹੈਂਕੜ ਥੋੜੀ ਜਿਹੀ ਟੁੱਟੀ ਹੈ ਨਾ ਜੀ, ਅਸੀਂ ਕੋਈ ਖਹਿਰੇ ਦੇ ਬਾਲੇ ਖੈਰ ਖਵਾ ਨਹੀਂ ਕਿ ਖਹਿਰੇ ਨੂੰ ਸਾਰਾ ਕੁਛ ਦਿੱਤਾ ਜਾਵੇ ਜਾਂ ਉਹਦੇ ਨਾਲ ਕੀਤਾ ਜਾਵੇ, ਉਹਦਾ ਮਕਸਦ ਮੇਰਾ ਇਹ ਨਹੀਂ ਕਹਿਣ ਦਾ। ਬਟ ਅਗਰ ਕੇਜਰੀਵਾਲ ਦੀ ਥੋੜੀ ਜਿਹੀ ਧੌਸ ਟੁੱਟੀ ਹੈ ਤਾਂ ਉਹ ਸਿਰਫ ਸੁਖਪਾਲ ਕਰਕੇ ਜੀ 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 ਜੀ। ਔਰ ਜੇ ਮੇਰੇ ਮੁਤਾਬਕ ਨਹੀਂ ਆ, ਤਕਰੀਬਨ ਮੋਸਟਲੀ ਕਾਰਨਰ ਜਿਹੜੇ ਇੱਕ ਦੋ ਨੂੰ ਛੱਡ ਕੇ ਜਿਹਨਾਂ ਨੇ ਗੱਲ ਕੀਤੀ ਹੈ, ਅਗਰ ਸੁੱਚਾ ਸਿੰਘ ਛੋਟੇਪੁਰ ਅੱਜ ਇਹਨਾਂ 2.5-3 ਬੰਦਿਆਂ ਦੇ ਆਖੇ ਲੱਗ ਕੇ ਜੀ, ਜਾਂ ਕੋਈ ਇਹਨਾਂ ਦੀਆਂ ਸ਼ਰਤਾਂ ਮਨਾਉਣ ਤੋਂ ਬਾਅਦ ਵੀ ਜੀ ਕੇਜਰੀਵਾਲ ਨੂੰ ਡਾਇਰੈਕਟਲੀ ਜਾਂਦਾ ਹੈ, ਤਾਂ ਮੈਂ ਸ਼ਰੇਆਮ ਕਹਾਂਗਾ ਕਿ ਇਹ ਬੰਦਾ ਥੁੱਕ ਕੇ ਚੱਟ ਰਿਹਾ, ਔਰ ਚੱਟ ਵੀ ਹੋ ਰਿਹਾ ਜਿਹੜਾ ਥੁੱਕ ਦੇਖਣ ਯੋਗਾ ਵੀ ਨਹੀਂ ਹੈ ਜੀ 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 ਜੀ। ਦੂਜੀ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਾਂਗਾ ਕਿ ਆਹ ਬੜੇ ਸੋਹਣੇ ਲੋਕਾਂ ਦੇ ਵਿਊਜ਼ ਬੜੇ ਬੜੇ ਪਿਆਰੇ ਆ ਰਹੇ ਨੇ ਸਾਰਿਆਂ ਦੇ ਜੀ ਜੀ, ਕਿਉਂਕਿ ਇਹ ਕਿਸੇ ਵੀ, ਅਸੀਂ ਲੋਕ ਸਾਰੇ ਅਮਰੀਕਾ ਚ ਬੈਠੇ ਆ, ਕੋਈ ਕਿਸੇ ਹੋਰ ਕੰਟਰੀ ਚ ਬੈਠਾ, ਬੜੇ ਵਧੀਆ ਕੰਟਰੀ ਚ, ਸਾਨੂੰ ਕੋਈ ਬੜਾ ਲੈਣ ਦੇਣ ਨਹੀਂ ਉੱਥੇ ਨਾਲ, ਬਟ ਸਾਡੀ ਮਾਤਰੀ ਭੂਮੀ ਹੈ, ਸਾਨੂੰ ਦਰਦ ਹੈ ਉੱਥੇ ਦਾ ਜੀ ਜੀ ਜੀ। ਅਸੀਂ ਲੋਕ ਆਪਣੇ ਦਰਦ ਨੂੰ ਇਹ ਚਾਹੁੰਦੇ ਹਾਂ ਕਿ ਸਾਡੇ ਜਿਹੜੀ ਬੈਕ ਹੋਮ ਲੋਕ ਨੇ, ਸਾਡੇ ਆਪਣੇ ਰਿਸ਼ਤੇਦਾਰ ਨੇ, ਭੈਣ ਭਤੀਜੇ ਭਰਾ ਭਤੀਜੇ ਨੇ, ਉਹ ਵੀ ਸੁਖੀ ਰਹਿਣ ਉੱਥੇ। ਕਰੈਕਟ। ਉਹਨਾਂ ਦੀ ਭਲਾਈ ਦੇ ਵਾਸਤੇ ਅਸੀਂ ਲੋਕ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਅੱਜ ਕੇਜਰੀਵਾਲ ਝੁਕਿਆ ਤਾਂ ਕਿਸ ਬੰਦੇ ਕਰਕੇ ਝੁਕਿਆ? ਸੋ ਸਪੋਰਟ ਕੇਜਰੀਵਾਲ ਨੂੰ ਨਹੀਂ, ਉਸ ਬੰਦੇ ਨੂੰ ਕਰੋ ਜਿਸ ਬੰਦੇ ਦੇ ਅੱਗੇ ਉਹਨੇ ਗੋਡਣੀਆਂ ਟੇਕੀਆਂ ਨੇ। ਔਰ ਅੱਜ ਇਹ ਪੱਕਾ ਕਿਆ ਖੇਡ ਰਿਹਾ ਕਿ ਸੁਖਪਾਲ ਨੂੰ ਇਹ ਡਾਊਨਫਾਲ ਕਰਨ ਕਰਕੇ ਇਹ ਹੁਣ ਇਹ ਉਹਦੇ ਕੋਲ ਕੀ ਲੈਣ ਕੀ ਗਿਆ? ਪਹਿਲਾਂ ਆਪਾਂ ਗੱਲ ਇਹਨੂੰ ਪੁੱਛੀਏ, ਉਹਦੇ ਕੋਲ ਲੈਣ ਕੀ ਗਿਆ ਇਹ? ਕੋਈ ਮਤਲਬ ਨੀ ਬਣਦਾ, ਬਿਲਕੁਲ ਮਤਲਬ ਨੀ ਬਣਦਾ। ਸਵਾਏ ਤੁਹਾਡੇ ਇੱਕ ਦੋ ਕਾਲਰਾਂ ਦੇ ਛੱਡ ਕੇ ਹੋ ਸਕਦਾ ਕਿ ਸੁਖਪਾਲ ਖਹਿਰਾ ਹੋਰੀ ਜਿਹੜਾ ਉਹਨਾਂ ਦਾ ਗੁੱਟ ਹੈ ਹੁਣ ਉਹ ਕੋਸ਼ਿਸ਼ ਕਰ ਰਿਹਾ ਸੁੱਚਾ ਸਿੰਘ ਛੋਟੇਪੁਰ ਨੂੰ ਆਪਣੇ ਨਾਲ ਰਲਾਉਣ ਦੇ ਲਈ, ਤਾਂ ਉਸ ਤੋਂ ਪਹਿਲਾਂ ਕੇਜਰੀਵਾਲ ਨੇ ਉਹ ਨਾ ਵੀ ਕਰੇ ਗੱਲ। ਮਕਸਦ ਇਹ ਨਹੀਂ ਕਿ ਸੁਖਪਾਲ ਕੋਸ਼ਿਸ਼ ਕਰ ਰਿਹਾ ਜਾਂ ਨਹੀਂ ਕਰ ਰਿਹਾ, ਡਜ ਨਾਟ ਮੈਟਰ। ਮਕਸਦ ਇਹ ਹੈ ਕਿ ਜਿੰਨੀ ਕੁ ਬੇਇੱਜ਼ਤੀ, ਕਿਉਂਕਿ ਇਹ ਇੱਕ ਬੰਦਾ ਪੁਰਾਣਾ ਹੈਗਾ ਵੈ ਪੋਲੀਟਿਕਸ ਦੇ ਵਿੱਚ ਜੀ, ਔਰ ਅਗਰ ਇਹ ਬੰਦਾ ਆਪਣੀ ਕੀਤੀ ਗਰਾਈ ਨੂੰ ਖੂਹ ਚ ਪਾਣੀ ਜਾਂਦਾ ਤਾਂ ਇਹ ਇਹਨਾਂ ਦੋ ਤਿੰਨ ਬੰਦਿਆਂ ਦੇ ਆ ਕੇ ਲੱਗ, ਕਿਉਂਕਿ ਦੂਜੇ ਪਾਸੇ ਭਗਵੰਤ ਸਭ ਤੋਂ ਸ਼ੈਤਾਨ ਬੰਦਾ, ਕਮੇਡੀ ਬੰਦਾ ਹੈ। ਅੱਛਾ ਭਗਵੰਤ ਮਾਨ, ਬਹੁਤ ਬਹੁਤ ਧੰਨਵਾਦ, ਹੁਣ ਤੁਸੀਂ ਹੋਰ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਕਿ ਭਗਵੰਤ ਸਭ ਤੋਂ ਸ਼ੈਤਾਨ ਹੈਗਾ, ਇਹਨਾਂ ਦੀ ਕਦੇ ਨੀ ਰਲਣੀ, ਜਿਵੇਂ ਉਹਨੇ ਪਹਿਲਾਂ ਇਹਨੂੰ ਠਿੱਬੀ ਦਿੱਤੀ ਹੈਗੀ ਹੈ, ਇਹ ਡਬਲ ਠਿੱਬੀ ਦੇ ਕੇ ਇਹਨੂੰ ਮਾਰੇਗਾ, ਜਿਹੜਾ ਕਿ ਬਹੁਤ ਮਾੜਾ ਹੋਏਗਾ। ਬਹੁਤ ਬਹੁਤ ਧੰਨਵਾਦ ਜੀ। ਅੱਜ ਆਪਾਂ ਸਿਆਸੀ ਗੱਡੀ ਦੀ ਗੱਲ ਕਰ ਰਹੇ ਹਾਂ ਨਵੀਨ ਜੀ, ਮੈਨੂੰ ਗੱਲ ਯਾਦ ਆ ਗਈ ਇਸ ਗੱਡੀ ਦੇ ਵਿੱਚ, ਜਦ ਸੁਖਪਾਲ ਖਹਿਰਾ ਗੱਡੀ ਚਲਾ ਰਹੇ ਸੀਗੇ, ਆਪਣਾ
ਉਹ ਲੱਗਿਆ ਹੁੰਦਾ ਨਾ ਗੱਡੀ ਦੇ ਵਿੱਚ ਮਿਊਜ਼ਿਕ ਸਿਸਟਮ ਲੱਗਿਆ ਹੁੰਦਾ, ਤਾਂ ਜਦ ਆਵਾਜ਼ ਤੇਜ਼ ਕਰਦੇ ਸੀ ਸਵਾਰੀਆਂ ਤਾਂ ਉਹਦੇ ਵਿੱਚ ਨਿਕਲਦਾ ਸੀਗਾ ਨਸ਼ਾ, ਉਹਦੇ ਵਿੱਚ ਨਿਕਲਦਾ ਸੀਗਾ ਰੇਤ ਮਾਫੀਆ, ਉਹਦੇ ਵਿੱਚ ਗਾਣੇ ਆਉਂਦੇ ਸੀਗੇ ਆਂਗਨਵਾੜੀ ਵਰਕਰਸ ਨੂੰ ਤਨਖਾਹ ਨਹੀਂ ਮਿਲ ਰਹੀ, ਪਾਣੀਆਂ ਦਾ ਮੁੱਦਾ। ਹੁਣ ਜਦ ਭਗਵੰਤ ਮਾਨ ਆਵਾਜ਼ ਤੇਜ਼ ਕਰਦੇ ਨੇ ਤਾਂ ਚੁਟਕਲਿਆਂ ਦੀ ਗੂੰਜ ਸੁਣਾਈ ਦਿੰਦੀ ਹੈ ਉਸ ਮਿਊਜ਼ਿਕ ਸਿਸਟਮ ਦੇ ਵਿੱਚ। ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਗੱਡੀ ਚਲਾ ਰਹੇ ਸੀਗੇ ਸੁਖਪਾਲ ਖਹਿਰਾ ਉਹ ਵਧੀਆ, ਜਿਹੜਾ ਮਿਊਜ਼ਿਕ ਸਿਸਟਮ ਵੀ ਵਧੀਆ ਸੀਗਾ, ਗੱਡੀ ਲਸ਼ਕਾਰੇ ਮਾਰਦੇ ਹੋ ਜਾਂਦੀ ਸੀਗੀ ਹਾਈਵੇ ਦੇ ਉੱਤੇ, ਲੋਕ ਸਲਾਮ ਵੀ ਠੋਕਦੇ ਸੀਗੇ, ਉਹ ਗੱਲਬਾਤ ਸੀਗੀ ਉਸ ਗੱਡੀ ਦੇ ਵਿੱਚ। ਹੁਣ ਇਹ ਸਿਆਸੀ ਗੱਡੀ ਆਮ ਆਦਮੀ ਪਾਰਟੀ ਦੀ ਹੁਣ ਜਿਸ ਰੋਡ ਮੈਪ ਵੱਲ ਤੁਰ ਰਹੀ ਹੈ, ਲੋਕਾਂ ਦੇ ਸਲਾਮ ਵੱਜਣਗੇ ਕਿ ਲੋਕ ਵਾਕਈ ਪਰੇਸ਼ਾਨ ਹੋ ਗਏ ਨੇ? ਦੇਖੋ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੈ ਉਹ ਜਾ ਕੇ ਹਾਈਵੇ 'ਤੇ ਯੂ ਟਰਨ ਲੈਂਦੇ ਹੈ, ਤੁਸੀਂ ਭਗਵੰਤ ਮਾਨ ਨੂੰ ਕਹਿ ਸਕਦਾ ਹੀ ਇਜ਼ ਅ ਸਪੀਡ ਬ੍ਰੇਕਰ, ਸਪੀਡ ਬ੍ਰੇਕਰ ਮੰਨਦੇ ਸਾਰੀ ਦੁਨੀਆ ਉਹਨਾਂ ਨੂੰ ਕਹਿੰਦੀ ਹੈ। ਅਸੀਂ ਅੱਜ ਤੱਕ ਮੈਂ ਕਿਸੇ ਦੇ ਮੂੰਹ ਉਹਨਾਂ ਦੀ ਅੱਛਾਈ ਨਹੀਂ ਸੁਣੀ ਜੀ, ਮਤਲਬ ਹੀ ਇਜ਼ ਅ ਨੋਨ ਸੀਰੀਅਸ ਪੋਲੀਟੀਸ਼ੀਅਨ ਜੀ, ਉਹੀ ਬਾਈ ਚਾਂਸ ਹੀ ਜਸਟ ਕੇਮ ਇਨ ਟੂ ਪੋਲੀਟਿਕਸ, ਇਲੈਕਸ਼ਨ ਲੜੇ, ਐਮ ਪੀ ਬਣ ਗਏ ਐਂਡ ਆਲ ਦੈਟ, ਵਟ ਐਵਰ ਹੀ ਹੈਜ਼ ਡਨ ਇਨ ਪੋਲੀਟਿਕਸ, ਪੰਜਾਬ ਪੀਪਲ ਦੇ ਆਲਵੇਜ਼ ਗਿਵ ਅ ਚਾਂਸ, ਹਮੇਸ਼ਾ ਚਾਂਸ ਦਿੰਦੇ ਨੇ, ਹੀ ਇਜ਼ ਅ ਨੋਨ ਸੀਰੀਅਸ, ਹੀ ਇਜ਼ ਅ ਨੋਨ ਸੀਰੀਅਸ ਪੋਲੀਟੀਸ਼ੀਅਨ। ਔਰ ਦੂਸਰੀ ਇਹ ਵੀ ਚੀਜ਼ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਵੀ ਕ੍ਰਾਈਸਿਸ ਹੋਏ ਨੇ, ਜਿੰਨੇ ਵੀ ਕ੍ਰਾਈਸਿਸ ਹੋਏ ਨੇ, ਤੁਸੀਂ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਨਾਮ ਜ਼ਰੂਰ ਜੁੜਿਆ ਸਮਝ ਦੇਖੋ। ਕਰੈਕਟ, ਜਿਵੇਂ ਆਵਾਜ਼ ਆਉਂਦੀ ਸੀਗੀ ਚੱਲ ਚੱਲ ਕੇਜਰੀਵਾਲ ਪੰਜਾਬ ਤੇਰੇ ਨਾਲ, ਹੁਣ ਆਵਾਜ਼ ਆ ਰਹੀ ਹੈ ਜਾ ਜਾ ਕੇਜਰੀਵਾਲ ਸਾਨੂੰ ਨਹੀਂ ਤੇਰੇ ਤੋਂ ਕੋਈ ਆਸ, ਨਾ ਮਾਰ ਯੂਟਰਨ, ਵਾਪਿਸ ਗੋ ਬੈਕ ਟੂ ਡੈਲੀ, ਬਿਕੋਜ਼ ਪੀਪਲ ਆਰ ਸੇਇੰਗ ਦਿਸ। ਇਹ ਲੋਕਾਂ ਦੀ ਪ੍ਰਤੀਕਿਰਿਆ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਯੂਟਰਨ ਵੇਖਣ ਨੂੰ ਮਿਲਣਗੇ ਇਹ ਵੀ ਆਪਾਂ ਗੱਲ ਕਰਾਂਗੇ। ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ।